ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਧਰਮ ਦੀ ਪਰਿਭਾਸ਼ਾ ਬਾਰੇ ਵਿਚਾਰ ਕਰਨਾ ਹੈ ਕਿ ਧਰਮ ਕਿਸ ਨੂੰ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੇ ਵਿੱਚ ਫਰਮਾਨ ਕਰਦੇ ਨੇ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਪੰਕਤੀ ਮਾਨੋ ਸਾਡੀ ਜ਼ਿੰਦਗੀ ਦਾ ਆਧਾਰ ਹੈ, ਕੇਂਦਰ ਬਿੰਦੂ ਹੈ ਕਿ ਸਾਰੀ ਜ਼ਿੰਦਗੀ ਧਰਮ ਦੇ ਅਨੁਸਾਰ ਜੀਵਨ ਬਤੀਤ ਕਰਨਾ ਹੈ। ਹੁਣ ਧਰਮ ਰਾਜ ਵੀ ਆਪਾਂ ਸ਼ਬਦ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਧਰਮ ਦਾ ਰਾਜ, ਧਰਮ 'ਤੇ ਆਧਾਰਿਤ ਭਲਾ ਰਾਜ, ਜਿਹੜਾ ਲੋਕਾਂ ਨੂੰ ਸੁੱਖ ਦੇਣ ਵਾਲਾ ਰਾਜ ਹੋਵੇ, ਉਹ ਰਾਜ ਚਾਹੀਦਾ, ਨਾ ਕਿ ਲੋਕਾਂ ਨੂੰ ਲੁੱਟ ਕੇ ਖਾਣ ਵਾਲਾ, ਕਤਲੋ ਗਾਰਤ ਮਚਾਉਣ ਵਾਲਾ, ਜਾਂ ਲੋਕਾਂ ਨੂੰ ਹੋਰ ਅਨੇਕਾਂ ਮੁਸੀਬਤਾਂ ਦੇ ਵਿੱਚ ਪਾਉਣ ਵਾਲਾ ਰਾਜ ਨਹੀਂ ਚਾਹੀਦਾ। ਧਰਮ 'ਤੇ ਆਧਾਰਿਤ ਭਲੇ ਲੋਕਾਂ ਦਾ ਰਾਜ। ਗੁਰੂ ਪਿਆਰ ਵਾਲਿਓ, ਆਪਾਂ ਸਾਰੇ ਧਰਮੀ ਹੋਣ ਦਾ ਖੇਖਣ ਬਹੁਤ ਕਰਦੇ ਆ ਸਾਰੇ ਇਨਸਾਨ ਕਿ ਮੈਂ ਧਰਮੀ ਹਾਂ। ਬਾਹਰੋਂ ਧਰਮ ਦਾ ਪਹਿਰਾਵਾ ਬਹੁਤ ਲੋਕ ਪਾ ਲੈਂਦੇ ਨੇ, ਅਤੇ ਅੱਗੋਂ ਪਹਿਰਾਵਿਆਂ ਦਾ ਵੀ ਅੰਤ ਹਿਸਾਬ ਕੋਈ ਨਹੀਂ। ਤਰ੍ਹਾਂ ਤਰ੍ਹਾਂ ਦੇ ਪਹਿਰਾਵੇ ਸਿੱਖਾਂ ਦੇ ਵਿੱਚ ਧਰਮ ਦੇ ਨਾਂ ਥੱਲੇ ਪ੍ਰਚਲਿਤ ਹੋ ਗਏ ਨੇ, ਪਰ ਜਦੋਂ ਕੋਈ ਸੱਚਮੁੱਚ ਕਿਤੇ ਬਦਅਮਨੀ ਹੋਵੇ, ਕਿਤੇ ਮੁਸੀਬਤਾਂ ਹੋਣ, ਕਿਤੇ ਸਿੱਖਾਂ 'ਤੇ ਵਿੱਚ ਜਿਹੜੇ ਗਰੀਬ ਤਬਕਾ ਹੈ ਉਹਨਾਂ ਦੇ ਉੱਤੇ ਜਾਂ ਔਰਤਾਂ ਦੇ ਉੱਤੇ ਕੋਈ ਮੁਸ਼ਕਲਾਂ ਆਉਣ, ਉਦੋਂ ਉਹ ਧਰਮੀ ਪਹਿਰਾਵਿਆਂ ਵਾਲੇ ਖੁੱਡਾਂ 'ਚ ਵੜ ਜਾਂਦੇ ਨੇ, ਕਦੀ ਬਾਹਰ ਨਿਕਲ ਕੇ ਉਹ ਦਲੇਰੀ ਦੇ ਨਾਲ ਪੁਰਾਤਨ ਸਿੰਘਾਂ ਵਾਂਗ ਮੈਦਾਨ 'ਚ ਨਹੀਂ ਆਉਂਦੇ। ਅੱਜ ਪੰਜਾਬ ਦੇ ਵਿੱਚ ਬੀਬੀਆਂ ਦਾ ਘਰੋਂ ਨਿਕਲਣਾ ਦੁਸ਼ਵਾਰ ਹੋਇਆ ਹੈ, ਥਾਂ ਥਾਂ 'ਤੇ ਰੇਪ ਦੀਆਂ ਘਟਨਾਵਾਂ ਵਾਪਰਦੀਆਂ ਨੇ, ਅਤੇ ਕੋਈ ਧਰਮੀ ਪੁਰਖ ਸਾਨੂੰ ਨਜ਼ਰ ਨਹੀਂ ਆਉਂਦਾ। ਇਹੋ ਜਿਹੇ ਧਰਮੀ ਨੇ ਜਿਹੜੇ ਕਿਸੇ ਮੁਸ਼ਕਲ ਵੇਲੇ ਕਿਸੇ ਦੀ ਮਦਦ ਨਾ ਕਰਨ, ਉਹਨਾਂ ਨੂੰ ਧਰਮੀ ਥੋੜ੍ਹਾ ਕਹਿੰਦੇ ਨੇ, ਉਹ ਤਾਂ ਕੇਵਲ ਪਖੰਡੀ ਨੇ, ਵਿਖਾਵੇ ਵਾਲੇ ਧਰਮੀ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਨੌਜਵਾਨ ਨਸ਼ਿਆਂ ਦੇ ਵਿੱਚ ਡੁੱਬ ਰਹੇ ਨੇ, ਆਤਮ ਹੱਤਿਆਵਾਂ ਕਰ ਰਹੇ ਨੇ, ਅਤੇ ਕਿੱਥੇ ਨੇ ਉਹ ਧਰਮੀ ਲੋਕ? ਅਤੇ ਇਹਨਾਂ ਨੂੰ ਸਮਝਾਉਂਦੇ, ਬੁਝਾਉਂਦੇ ਅਤੇ ਸਰਕਾਰਾਂ ਦੇ ਨਾਲ ਟੱਕਰ ਲੈਂਦੇ ਕਿ ਸਾਡੇ ਨੌਜਵਾਨ ਨਸ਼ੇੜੀ ਕਿਉਂ ਬਣੇ ਨੇ, ਆਤਮ ਹੱਤਿਆ ਕਿਉਂ ਕਰਦੇ ਨੇ, ਤੁਸੀਂ ਇਹਨਾਂ ਨੂੰ ਚੰਗਾ ਰੁਜ਼ਗਾਰ ਕਿਉਂ ਨਹੀਂ ਦਿੰਦੇ, ਫਸਲਾਂ ਦੇ ਚੰਗੇ ਭਾਅ ਕਿਉਂ ਨਹੀਂ ਦਿੰਦੇ? ਤਾਂ ਉਹ ਧਰਮੀ ਸਾਰੇ ਗੁਆਚ ਗਏ ਹੋਏ ਨੇ। ਧਰਮੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈ, ਅਤੇ ਅੱਜ ਅਰਬਾਂ ਦਾ ਬਜਟ, ਜਿਹਨੂੰ ਕਿ 13 ਅਰਬ ਰੁਪਈਏ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਹੈ, ਦਿੱਲੀ ਕਮੇਟੀ ਦਾ ਅਲੱਗ, ਅਤੇ ਦੁਨੀਆ ਦੇ ਹੋਰ ਗੁਰਦੁਆਰਿਆਂ ਦੇ ਵਿੱਚ ਬੇਅੰਤ ਪੈਸਾ ਆਉਂਦਾ, ਉਹ ਸਾਰਾ ਪੈਸਾ ਕਿੱਥੇ ਗਿਆ? ਅਤੇ ਕਿਹੜੇ ਨੇ ਉਹ ਧਰਮੀ ਲੋਕ ਜਿਹੜਾ ਇਸ ਦੁਰਵਿਹਾਰ ਨੂੰ, ਇਸ ਫਜ਼ੂਲ ਖਰਚੀ ਨੂੰ, ਲੁੱਟ ਖਸੁੱਟ ਨੂੰ ਰੋਕਣ ਵਾਸਤੇ ਕਿਤੇ ਵੀ ਨਜ਼ਰ ਨਹੀਂ ਆਉਂਦੇ? ਅਕਾਲੀ ਦਲ ਆਪਣੇ ਆਪ ਨੂੰ ਧਰਮੀ ਅਖਵਾਉਂਦਾ, ਅਕਾਲ ਤਖ਼ਤ 'ਤੇ ਬਣਿਆ 1921 ਦੇ ਵਿੱਚ ਅਕਾਲੀ ਦਲ ਅੱਜ ਕੁਰਾਹੇ ਪੈ ਚੁੱਕਿਆ ਹੋਇਆ, ਡੁੱਬ ਚੁੱਕਿਆ ਹੋਇਆ, ਲੰਮੇ ਸਮੇਂ ਤੋਂ ਪੰਜਾਬ ਨੂੰ ਬਰਬਾਦ ਕਰਨ ਦਾ ਭਾਗੀਦਾਰ ਬਣਿਆ ਹੋਇਆ, ਅਤੇ ਉਹ ਧਰਮੀ ਤਾਂ ਗਰਕ ਹੋਏ ਹੋਏ ਸੀ ਜਿਹੜੇ ਆਪਣੇ ਆਪ ਨੂੰ ਲੰਮੇ ਚੋਲਿਆਂ ਵਾਲੇ, ਵਰਦੀਆਂ ਵਾਲੇ, ਡੇਰਿਆਂ ਵਾਲੇ, ਟਕਸਾਲਾਂ ਵਾਲੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ, ਉਹਨਾਂ ਨੂੰ ਉਹ ਬੁਰਾਈਆਂ ਤੋਂ ਰੋਕਣ ਵਾਸਤੇ ਅੱਜ ਉਹਨਾਂ ਦੀ ਹਿੰਮਤ ਹੌਸਲਾ ਮੁੱਕ ਗਿਆ, ਉਹ ਸ਼੍ਰੋਮਣੀ ਕਮੇਟੀ ਨੂੰ ਅਤੇ ਅਕਾਲੀ ਦਲ ਨੂੰ ਰਾਸਰ ਲਿਆਉਣ ਵਾਸਤੇ ਕੋਈ ਵੀ ਯੋਗਦਾਨ ਪਾਉਣ ਵੱਲ ਨੂੰ ਤਿਆਰ ਨਹੀਂ, ਬਲਕਿ ਉਹਨਾਂ ਦੇ ਹੀ ਪੈਰਾਂ ਦੇ ਵਿੱਚ ਲੰਮੇ ਪਏ ਵੇਖੇ ਜਾ ਸਕਦੇ ਨੇ। ਗੁਰੂ ਪਿਆਰ ਵਾਲਿਓ, ਇਹ ਤਾਂ ਅੱਗੇ ਅਸੀਂ ਇਤਿਹਾਸ 'ਚ ਪੜ੍ਹਦੇ ਸੀ, ਆਏ ਨੇ ਨਿਹੰਗ ਬੂਹੇ ਖੋਲ ਦਿਓ ਨਿਸੰਗ, ਅਤੇ ਲੋਕਾਂ ਨੂੰ ਇੰਨਾ ਇਹਨਾਂ 'ਤੇ ਮਾਣ ਸੀ, ਇਹ ਕੋਈ ਬੁਰਾ ਕੰਮ ਨਹੀਂ ਕਰਨਗੇ, ਇਹ ਸਾਡੀ ਆਜ਼ਾਦੀ ਦੀ ਜੰਗ ਲੜ ਰਹੇ ਨੇ, ਅਸੀਂ ਇਹਨਾਂ ਦੇ ਬਸਤਰ ਸਾਫ਼ ਕਰ ਦਈਏ, ਇਹਨਾਂ ਨੂੰ 1-2 ਟਾਈਮ ਦਾ ਰਜਮਾ ਪ੍ਰਸ਼ਾਦਾ ਛਕਾ ਦਈਏ, ਇਹਨਾਂ ਨੇ ਫਿਰ ਪਤਾ ਨਹੀਂ ਕਦੋਂ ਪ੍ਰਸ਼ਾਦਾ ਮਿਲਣਾ। ਅਤੇ ਅੱਜ ਉਹਨਾਂ ਦੀ ਹਾਲਤ ਇਹ ਹੋ ਗਈ ਹੈ, ਆਏ ਨੇ ਨਿਹੰਗ ਬੂਹੇ ਕਰ ਲਓ ਬੰਦ, ਇਸ ਤਰ੍ਹਾਂ ਦੀ ਹਾਲਾਤ ਹੈ। ਇਹ ਡਾਕੂ, ਲੁਟੇਰੇ, ਚੋਰ ਅਤੇ ਨਸ਼ੇੜੀ ਬਣ ਗਏ ਨੇ, ਇਹ ਲੰਮੇ ਝੱਗੇ ਪਾ ਕੇ, ਨਿਹੰਗਾਂ ਵਾਲੇ ਬਾਣੇ ਪਾ ਕੇ ਬਾਜ਼ਾਰਾਂ ਦੇ ਵਿੱਚ ਭੀਖ ਮੰਗਦੇ ਫਿਰ ਰਹੇ ਨੇ, ਜਿਹਨੂੰ ਉਗਰਾਹੀਆਂ ਕਹਿੰਦੇ ਨੇ ਕਿ ਅਸੀਂ ਤਾਂ ਖਾਲਸੇ ਦੀਆਂ ਫੌਜਾਂ ਉਗਰਾਹੀਆਂ ਕਰਦੇ ਹਾਂ। ਵੱਡੇ ਵੱਡੇ ਗੁਰਦੁਆਰਿਆਂ ਦੇ ਜਦੋਂ ਜੋੜ ਮੇਲੇ ਹੁੰਦੇ ਨੇ, ਕੋਈ ਸਾਲਾਨਾ ਜੋੜ ਮੇਲਾ ਆਉਂਦਾ ਅਨੰਦਪੁਰ ਦਾ, ਦਮਦਮਾ ਸਾਹਿਬ ਦਾ, ਫਤਿਹਗੜ੍ਹ ਸਾਹਿਬ ਦਾ, ਉੱਥੇ ਭੰਗ ਦੇ ਘੋਟਣੇ ਲੈ ਕੇ, ਵੱਡੇ ਵੱਡੇ ਕੁੰਡੇ ਸੋਟੇ ਲੈ ਕੇ ਇਹ ਭੰਗ ਰਗੜ ਰਹੇ ਹੁੰਦੇ ਨੇ, ਅਤੇ ਲੋਕਾਂ ਨੂੰ ਭੰਗ ਪਿਆਰੇ ਹੁੰਦੇ ਨੇ, ਅਤੇ ਇਹ ਅੱਜ ਸਾਡੇ ਰਾਖੇ ਬਣੇ ਹੋਏ ਨੇ। ਇਹਨਾਂ ਨੂੰ ਸਿੰਘ ਆਖੋਗੇ, ਧਰਮੀ ਆਖੋਗੇ, ਨਿਹੰਗ ਆਖੋਗੇ, ਅਤੇ ਇਹਨਾਂ ਦੇ ਬਹੁਤ ਸਾਰੀਆਂ ਥਾਵਾਂ 'ਤੇ ਅਫੀਮ, ਭੁੱਕੀ, ਪੋਸਤ ਆਦਿਕ ਦੀ ਸਮਗਲਿੰਗ ਕਰਦੇ ਵੀ ਪਕੜੇ ਗਏ ਨੇ। ਗੁਰੂ ਪਿਆਰ ਵਾਲਿਓ, ਡੇਰਿਆਂ ਦੇ ਵਿੱਚ ਬੇਅੰਤ ਦੁਰਵਿਵਹਾਰ ਹੁੰਦੇ ਨੇ, ਸ਼੍ਰੋਮਣੀ ਕਮੇਟੀ ਦੇ ਵਿੱਚ ਬੇਅੰਤ ਦੁਰਵਿਹਾਰ ਹੁੰਦੇ ਨੇ, ਦਮਦਮਾ ਸਾਹਿਬ ਦੇ ਵਿੱਚ ਸੈਕਸ ਰੈਕਟ ਚੱਲਦਾ ਪਕੜਿਆ ਗਿਆ ਤਕਰੀਬਨ 1 ਸਾਲ ਪਹਿਲਾਂ, ਅਤੇ ਹੋਰ ਕਿੰਨੀਆਂ ਥਾਵਾਂ 'ਤੇ ਮੈਂ ਨਿੱਜੀ ਤੌਰ 'ਤੇ ਪਿਛਲੇ 45 ਸਾਲਾਂ ਤੋਂ ਇਹਨਾਂ ਥਾਵਾਂ 'ਤੇ ਵੇਖਦਾ, ਪਰਖਦਾ ਰਿਹਾ,
ਤੇ ਧਰਮ ਸਥਾਨਾਂ ਦੇ ਉੱਤੇ ਧਰਮ ਦਾ ਨਾਮੋ ਨਿਸ਼ਾਨ ਨਹੀਂ ਲੱਭਦਾ। ਮੈਂ ਇਹ ਕਹਿਣ ਤੇ ਮਜਬੂਰ ਹਾਂ ਕਿ ਅੱਜ ਦੇ ਇਹਨਾਂ ਧਰਮੀਆਂ ਨਾਲੋਂ, ਇਹਨਾਂ ਜਿਹੜੇ ਪ੍ਰਚਾਰਕ ਨੇ, ਉਪਦੇਸ਼ਕ ਨੇ, ਇਹਨਾਂ ਨਾਲੋਂ ਪੱਤਰਕਾਰ ਕਿਤੇ ਜ਼ਿਆਦਾ ਧਰਮੀ ਨੇ, ਜਿਹੜੇ ਕੁਝ ਨਾ ਕੁਝ ਸੱਚ ਲੋਕਾਂ ਦੇ ਸਾਹਮਣੇ ਲਿਆਉਂਦੇ ਨੇ ਅਖਬਾਰਾਂ ਦੇ ਰਾਹੀਂ, ਰੇਡੀਓ ਰਾਹੀਂ, ਟੀਵੀ ਦੇ ਰਾਹੀਂ। ਉਹ ਪੱਤਰਕਾਰ ਧਰਮੀ ਆਖੇ ਜਾਂਦੇ ਲੋਕਾਂ ਨਾਲੋਂ ਜ਼ਿਆਦਾ ਧਰਮੀ ਨੇ, ਜਦੋਂ ਕਿ ਉਹ ਧਰਮੀ ਨਹੀਂ ਹੈਗੇ। ਇਸੇ ਤਰ੍ਹਾਂ ਜਿਹੜੇ ਆਪਾਂ ਕਹਿੰਦੇ ਹਾਂ ਇਹ ਤਾਂ ਰਾਜਨੀਤਿਕ ਲੋਕ ਨੇ, ਰਾਜਨੀਤਿਕ ਲੋਕਾਂ ਦੀ ਤਾਂ ਅਸੀਂ ਸ਼ਰੇਆਮ ਆਲੋਚਨਾ ਕਰ ਦਿੰਦੇ ਹਾਂ, ਉਹਨਾਂ 'ਤੇ ਕਈ ਵਾਰੀ ਮੁਕੱਦਮੇ ਵੀ ਦਰਜ ਹੋ ਜਾਂਦੇ ਨੇ, ਗੱਦੀਆਂ ਵੀ ਛੱਡਣੀਆਂ ਪੈ ਜਾਂਦੀਆਂ ਨੇ। ਪਰ ਕਿਸੇ ਸਾਧ ਸੰਤ ਬਾਬੇ ਨੂੰ ਜ਼ਰਾ ਕੁ ਕਹਿ ਦਈਏ ਕੁਝ, ਉਹ ਕਹਿੰਦੇ ਨੇ ਮੇਰੇ ਧਰਮ 'ਤੇ ਹਮਲਾ ਕਰ ਦਿੱਤਾ। ਧਰਮ ਤਾਂ ਭਾਈ ਤੇਰੇ ਪੱਲੇ ਹੈ ਹੀ ਨਹੀਂ ਸੀ, ਪਰ ਇਹ ਸੰਤ ਮਹਾਂਪੁਰਖ ਜਿਹੜੇ ਅਖਵਾਉਣ ਵਾਲੇ ਸੀ, ਅੱਜ ਕੱਲ੍ਹ ਕਿੰਨੇ ਸਾਰੇ ਤਾਂ ਜੇਲ੍ਹਾਂ 'ਚ ਜਾ ਚੁੱਕੇ ਨੇ। ਧਰਮ ਤਾਂ ਉਹਨਾਂ ਦੇ ਜੀਵਨ ਤੋਂ ਪ੍ਰਗਟ ਹੁੰਦਾ ਕਿ ਕੀ ਅਸੀਂ ਸੱਚਮੁੱਚ ਧਰਮ 'ਤੇ ਆਧਾਰਿਤ ਕੰਮ ਕਰਦੇ ਹਾਂ ਕਿ ਨਹੀਂ ਕਰਦੇ ਹਾਂ। ਨਹੀਂ ਤਾਂ ਫਿਰ ਮੱਥੇ ਟਿੱਕਾ, ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ। ਉਹ ਹਾਲਤ ਅੱਜ ਸਾਡੀ ਵੀ ਸਿੱਖਾਂ ਦੀ ਹੋ ਰਹੀ ਹੈ, ਜਿਹੜੇ ਧਰਮੀ ਲੋਕ ਕਿਰਪਾਨਾਂ ਪਾਉਂਦੇ ਨੇ, ਦਸਤਾਰਾਂ ਸਜਾਉਂਦੇ ਨੇ, ਪਰ ਧਰਮ ਦਾ ਨੇੜੇ ਨਾਮੋ ਨਿਸ਼ਾਨ ਨਹੀਂ। ਗੁੱਸੇ ਨਾਲ ਭਰੇ ਨੇ, ਲੜਾਈ ਕਰਦੇ ਨੇ, ਪੱਗਾਂ ਲਾਉਂਦੇ ਨੇ, ਗੱਦੀਆਂ ਖੋਹਣ ਵਾਸਤੇ ਗੋਲੀਆਂ ਚੱਲਦੀਆਂ ਨੇ, ਮੁਕੱਦਮੇ ਚੱਲਦੇ ਨੇ। ਧਰਮ ਤਾਂ ਗੁਰਦੁਆਰੇ ਦੇ ਅੰਦਰ ਵੀ ਨਹੀਂ ਲੱਭਦਾ, ਬਾਹਰ ਤਾਂ ਭਾਵੇਂ ਥੋੜ੍ਹਾ ਬਹੁਤਾ ਹੋਵੇ ਕਿਤੇ ਹੋਵੇ, ਪਰ ਗੁਰਦੁਆਰਿਆਂ 'ਚੋਂ ਅੱਜ ਧਰਮ ਅਲੋਪ ਹੋ ਚੁੱਕਿਆ ਹੋਇਆ, ਇਸ ਬਾਣੇ ਦੇ ਵਿੱਚੋਂ ਧਰਮ ਅਲੋਪ ਹੋ ਚੁੱਕਿਆ ਹੋਇਆ। ਗੁਰੂ ਘਰ ਵਾਲਿਓ, ਬਾਣਾ ਤਾਂ ਸਜਾਓ ਜੇ ਪਹਿਲਾਂ ਕਰੈਕਟਰ ਕਰਕੇ ਤੁਸੀਂ ਧਰਮੀ ਬਣ ਚੁੱਕੇ ਹੋ, ਨਹੀਂ ਤਾਂ ਇਸ ਬਾਣੇ ਨੂੰ ਬਹੁਤ ਬਦਨਾਮ ਕਰ ਦਿੱਤਾ। ਹੋਰ ਇਹਨੂੰ ਮਿੱਟੀ 'ਚ ਨਾ ਰੋਲੋ, ਆਪਣੇ ਆਪ ਨੂੰ ਸੁਧਾਰੋ, ਚੰਗੇ ਇਨਸਾਨ, ਚੰਗੇ ਗੁਰਸਿੱਖ ਬਣੋ, ਤਾਂ ਕਿ ਇਸ ਕਰੈਕਟਰ ਦੀ, ਇਸ ਬਾਣੇ ਦੀ ਇੱਜ਼ਤ ਆਬਰੂ ਬਰਕਰਾਰ ਰਹਿ ਸਕੇ, ਅਸੀਂ ਕਹਿ ਸਕੀਏ ਅਸੀਂ ਗੁਰੂ ਸਾਹਿਬ ਦੇ ਸਿੱਖ ਹਾਂ। ਇਤਨੇ ਕੁ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।